ਜਦੋਂ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਖਰੜ 'ਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਗਿਆ ਜਿੱਥੇ ਉਹਨਾਂ ਲੋਕਾਂ ਨੂੰ ਰੰਗੀਨਮਈ ਖੁਆਬ ਦਿਖਾਏ ਅਤੇ ਵੱਡੇ ਵੱਡੇ ਦਾਅਵੇ ਸਟੇਜ ਤੋਂ ਕੀਤੇ। ਅਕਾਲੀ ਦਲ ਭਾਜਪਾ ਸਰਕਾਰ ਜੋ ਕੰਮ ਖਰੜ 'ਚ 10 ਸਾਲ 'ਚ ਨਹੀਂ ਕਰ ਸਕੀ, ਸੁਖਬੀਰ ਸਿੰਘ ਬਾਦਲ ਨੇ ਸਰਕਾਰ ਬਣਦਿਆਂ ਹੀ ਮਿੰਟਾਂ ਸਕਿੰਟਾਂ 'ਚ ਸਭ ਕੰਮ ਮੁਕੰਮਲ ਕਰਨ ਦਾ ਵਾਅਦਾ ਲੋਕਾਂ ਨਾਲ ਕਰ ਦਿੱਤਾ ਹੈ, ਜੋ ਕਿ ਮੁਮਕਿਨ ਨਹੀਂ ਬਲਕਿ ਅਸੰਭਵ ਜਾਪ ਰਿਹਾ ਹੈ। ਅਕਾਲੀ ਦਲ ਦੇ ਕੌਮੀ ਪ੍ਰਧਾਨ ਕਦੋਂ ਕੀ ਬੋਲ ਜਾਣ, ਇਸ ਦਾ ਇਲਮ ਸ਼ਾਇਦ ਉਹਨਾਂ ਨੂੰ ਖੁਦ ਵੀ ਨਹੀਂ ਹੁੰਦਾ ਅਤੇ ਉਹਨਾਂ ਕਈ ਵਾਰ ਰੰਗੀਨਮਈ ਖੁਆਬ ਪੰਜਾਬੀਆਂ ਨੂੰ ਦਿਖਾਏ ਨੇ ਜੋ ਸਿਰਫ ਉਹਨਾਂ ਦੇ ਸ਼ਬਦਾਂ ਦੇ ਟੋਟਕਿਆਂ ਤੱਕ ਹੀ ਸੀਮਿਤ ਰਹੇ। ਇਹਨਾਂ ਵਿਧਾਨ ਸਭਾ ਚੋਣਾਂ ਮੌਕੇ ਵੀ ਬਾਦਲ ਸਾਹਿਬ ਕੈਨੇਡਾ ਅਮੈਰੀਕਾ 'ਚ ਜ਼ਮੀਨਾਂ ਖਰੀਦਣ ਦੀਆਂ ਗੱਲਾਂ ਕਰ ਰਹੇ ਨੇ। ਖਰੜ ਵਿਖੇ ਪਾਰਟੀ ਉਮੀਦਵਾਰ ਦੇ ਹੱਕ 'ਚ ਰੈਲੀ ਕਰਨ ਲਈ ਪਹੁੰਚੇ ਸੁਖਬੀਰ ਸਿੰਘ ਬਾਦਲ ਵੱਲੋਂ ਮੋਹਾਲੀ ਅਤੇ ਬਾਕੀ ਪੰਜਾਬ 'ਚ ਕਰਵਾਏ ਗਏ ਵਿਕਾਸ ਕਾਰਜਾਂ ਦੀ ਲੰਬੀ ਸੂਚੀ ਖਰੜ ਵਾਸੀਆਂ ਅੱਗੇ ਪੇਸ਼ ਕੀਤੀ ਗਈ, ਪਰ ਇਹ ਵਿਕਾਸ ਕਾਰਜ ਕਿੰਨੇ ਕੁ ਸੱਚੇ ਨੇ ਇਸ ਬਾਰੇ ਪੰਜਾਬੀ ਭਲੀ ਭਾਰ ਜਾਣੂ ਨੇ। ਤੁਹਾਨੂੰ ਇੰਨਾ ਦੱਸ ਦੇਣਾ ਤੇ ਮੈਂ ਸਾਰੇ ਖਰੜ ਵਾਲੇ ਨੂੰ ਦੱਸਣਾ ਚਾਹੁੰਦਾ, ਸਰਕਾਰ ਤੁਸੀਂ ਬਣਾ ਦੇਣੀ ਹੈ। ਮੈਂ ਤਾਂ ਪੰਜਾਬ 'ਚ ਘੁੰਮ ਕੇ ਆਇਆ, ਤੂਫਾਨ ਚੱਲ ਰਿਹਾ ਅਕਾਲੀ ਦਲ ਬੀਜੇਪੀ ਦਾ, ਸਰਕਾਰ ਬਣ ਜਾਣੀ ਹੈ। ਖਰੜ ਵਾਲਿਓ, ਆਹ ਸਾਰੇ ਹਲਕੇ ਵਾਲਿਓ, ਮੈਂ ਤੁਹਾਨੂੰ ਇੱਕ ਵਾਅਦਾ ਕਰਦਾ, ਜਿਵੇਂ ਮੋਹਾਲੀ ਖੂਬਸੂਰਤ ਬਣਾਇਆ, ਤੁਹਾਡੇ ਸਾਰੇ ਸ਼ਹਿਰ ਇਲਾਕਾ ਖੂਬਸੂਰਤ ਬਣਾ ਦੂੰਗਾ। ਤੁਸੀਂ ਮੇਰੇ 'ਤੇ ਗਿੱਲ ਸਾਹਿਬ 'ਤੇ ਛੱਡਿਓ, ਭਾਵੇਂ 500 ਕਰੋੜ ਲੱਗੇ, ਭਾਵੇਂ 600 ਕਰੋੜ, ਜਿਵੇਂ ਗਿੱਲ ਸਾਹਿਬ ਨੇ ਮੈਨੂੰ ਦੱਸ ਰਹੇ ਸੀ। ਗਿੱਲ ਸਾਹਿਬ, ਇੱਥੇ ਖਰੜ ਵਿੱਚ ਇੱਕ ਪਾਣੀ ਦੀ ਬੜੀ ਕਮੀ ਹੈ, ਕੰਜੌਲੀ ਵਾਟਰ ਵਰਕਸ ਤੋਂ ਪਾਣੀ, ਜੋ ਸਰਕਾਰ ਤੁਹਾਡੀ ਹੋਊਗੀ ਜਿੱਥੋਂ ਮਰਜ਼ੀ ਵਾਟਰ ਵਰਕਸ ਲੈ ਆਈਓ, ਆ ਤੁਸੀਂ ਹੋ। ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹਨਾਂ ਨੂੰ ਬਣਾ ਦਿਓ MLA, ਝੰਡੀ ਮੈਂ ਲਾ ਦੂੰਗਾ ਮੈਂ, ਕਿਉਂਕਿ ਮੈਨੂੰ ਚਾਹੀਦੇ ਅਜੇ ਬੰਦੇ। ਸੁਖਬੀਰ ਬਾਦਲ ਵੱਲੋਂ ਇਸ ਤਰ੍ਹਾਂ ਦੇ ਖੁਆਬਾਂ ਦੇ ਮਹਿਲ ਉਸਾਰਨਾ ਕੋਈ ਨਵੀਂ ਗੱਲ ਨਹੀਂ, ਪਰ ਜਦੋਂ ਹੀ ਖਰੜ ਵਿਧਾਨ ਸਭਾ ਹਲਕੇ ਦੀਆਂ ਜ਼ਰੂਰੀ ਲੋੜਾਂ ਦੀ ਲਿਸਟ ਉਹਨਾਂ ਅੱਗੇ ਰੱਖੀ ਗਈ ਤਾਂ ਬਾਦਲ ਸਾਹਿਬ ਨੇ ਮਿੰਟਾਂ 'ਚ ਸਾਰੇ ਕੰਮ ਮੁਕੰਮਲ ਕਰਨ ਦਾ ਨਵਾਂ ਦਾਅਵਾ ਠੋਕ ਦਿੱਤਾ। ਪਰ ਸਵਾਲ ਇਹ ਹੈ ਕਿ ਜੋ ਕੰਮ 10 ਸਾਲਾਂ 'ਚ ਨਹੀਂ ਹੋਏ ਉਹ ਹੁਣ ਮਿੰਟਾਂ 'ਚ ਕਿੰਝ ਹੋਣਗੇ। ਇੱਕ ਜਿਵੇਂ ਆ ਕਹਿ ਰਹੇ ਸੀ ਕੁਰਾਲੀ ਦਾ ਬੱਸ ਸਟੈਂਡ, ਕੁਰਾਲੀ ਦੀ ਹਸਪਤਾਲ, ਮੈਂ ਕਿਹਾ ਗਿੱਲ ਸਾਹਿਬ ਆ ਤਾਂ ਜਦੋਂ ਤੁਸੀਂ ਝੰਡੀ ਲੱਗ ਗਈ ਨਾ ਮੰਤਰੀ ਬਣ ਗਏ, ਆ ਤਾਂ ਮਿੰਟ ਦਾ ਕੰਮ ਹੈ, ਆਪ ਹੀ ਘੁੱਗੀ ਮਾਰ ਦੇਗਾ, ਮੇਰੇ ਕੋਲ ਆਉਣ ਦੀ ਲੋੜ ਨਹੀਂ ਪੈਣੀ। ਇੱਕ ਨਵਾਂ ਗਰਾਊਂਡ, ਮੈਂ ਕਹਿੰਦਾ ਸਾਡੇ ਜਮਾਂ ਕੋਠੀ ਦੇ ਨਾਲ ਹੈ, ਬਹੁਤ ਵਧੀਆ ਸ਼ਹਿਰ ਬਣਾਉਣ ਦੀ ਲੋੜ ਹੈ ਅਤੇ ਅਸੀਂ ਬਣਾ ਕੇ ਦੇਵਾਂਗੇ ਅੱਜ ਨਵਾਂ ਗਰਾਊਂਡ। ਇੱਥੇ ਸੀਵਰੇਜ ਬਹੁਤ ਚੀਜ਼ਾਂ ਹੈ, ਅਤੇ ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਜਿਹੜਾ ਮੈਂ ਕਹਿਣਾ ਚਾਹੁੰਦਾ, ਮੇਰੇ ਪੰਜਾਬ ਵਿੱਚ 12,000 ਪਿੰਡ ਹੈ ਪੰਜਾਬ ਦੇ, ਮੈਂ ਸ਼ਹਿਰਾਂ ਨੂੰ ਮੁਕੰਮਲ ਕਰ ਦਿੱਤਾ, ਮੇਰਾ ਨਿਸ਼ਾਨਾ ਹੈ ਮੇਰੇ 12,000 ਪਿੰਡ ਹੁਣ ਪੰਜਾਬ ਦੇ ਅਗਲੇ 5 ਸਾਲ। ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਇੱਕ ਵਾਰ ਫਿਰ ਮਰਿਆਦਾ ਭੁੱਲ ਕਾਂਗਰਸ ਦੇ ਉਮੀਦਵਾਰ ਜਗਮੋਹਨ ਸਿੰਘ ਕੰਗ ਨੂੰ ਡਾਕੂ ਤੱਕ ਕਹਿ ਦਿੱਤਾ। ਚਿੰਤਾ ਕਰਨ ਦੀ ਲੋੜ ਹੀ ਨਹੀਂ, ਮੈਂ ਤੈਨੂੰ ਇੱਕ ਗੱਲ ਦੱਸਾਂ, ਤੁਸੀਂ ਅਗਲੇ 5 ਸਾਲ ਬਾਅਦ ਦੇਖਿਓ ਆਪਣਾ ਹਲਕਾ ਕੀ ਚੀਜ਼ ਆ 5 ਸਾਲ। ਯਾਰ ਤੁਸੀਂ ਲਗਾਤਾਰ ਕੰਗ ਸਾਹਿਬ ਨੂੰ ਤੁਸੀਂ ਬਣਾਉਂਦੇ ਹੋ, ਯਾਰ ਸ਼ਕਲ ਦੇਖੀ ਐਂ ਲੱਗਦਾ ਕੋਈ ਡਕੈਤ ਹੈ, ਉਹਦੇ ਮੁੱਛਾਂ ਤੋਂ ਐਵੇਂ ਮਤਲਬ ਡਰਾਉਂਦਾ ਹੀ ਰਹਿੰਦਾ ਪਹਿਲਾਂ ਤਾਂ ਲੋਕਾਂ ਨੂੰ। ਇੱਧਰ ਦੇਖੋ ਬੇਚਾਰਾ ਸ਼ਰੀਫ, ਇਹ ਤਾਂ ਮਤਲਬ ਸ਼ਕਲ ਦੇਖ ਕੇ ਹੀ ਮਤਲਬ ਦਾ 20-50 ਹਜ਼ਾਰ ਵੋਟਾਂ ਤਾਂ ਐਵੇਂ ਹੀ ਪੈ ਜਾਣੀ ਚਾਹੀਦੀ। ਉਹ ਅਸੈਂਬਲੀ 'ਚ ਵੀ ਘਰਾੜੇ ਮਾਰਦਾ ਰਹਿੰਦਾ, ਸੁੱਤਾ ਹੀ ਰਹਿੰਦਾ,
ਯਾਰ ਕੰਗ ਸਾਹਿਬ ਮੈਂ ਨਾ ਡੱਕਾ ਤੋੜਿਆ ਨਹੀਂ, ਤੁਸੀਂ ਦੱਸੋ ਕੋਈ ਡੱਕਾ ਤੋੜਿਆ ਇੱਥੇ? ਇੱਕ ਡੱਕਾ ਤੋੜਿਆ ਨਹੀਂ। ਸੁਖਬੀਰ ਬਾਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਮੁੜ ਮੁਰਾਰੀ ਲਾਲ ਦੇ ਰੰਗੀਨ ਸੁਪਨੇ ਦਿਖਾਏ ਜਾ ਰਹੇ ਨੇ, ਪਰ ਸ਼ਾਇਦ ਇਸ ਵਾਰ ਬਾਦਲ ਸਾਹਿਬ ਦਾ ਇਹ ਦਾਅ ਠੀਕ ਨਾ ਬੈਠੇ, ਕਿਉਂਕਿ ਬਾਦਲ ਸਾਹਿਬ ਦੇ ਬਿਆਨਾਂ ਦਾ ਜੋ ਹਾਲ ਇਸ ਮੌਕੇ ਸੋਸ਼ਲ ਮੀਡੀਆ 'ਤੇ ਹੋ ਰਿਹਾ, ਉਸ ਦੇ ਨਤੀਜੇ ਵਿਧਾਨ ਸਭਾ ਚੋਣਾਂ ਮੌਕੇ ਕਿਹੋ ਜਿਹੇ ਹੋ ਸਕਦੇ ਨੇ, ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ। ਮੋਹਾਲੀ ਤੋਂ ਕੁਲਜਿੰਦਰ ਸੂਦ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ।